ਤੁਸੀਂ ਲੜਨਾ ਨੀ ਚਾਹੁੰਦੇ, ਨਹੀਂ ਲੜਨਾ ਚਾਹੁੰਦੇ? ਨਹੀਂ ਅਸੀਂ ਨਹੀਂ ਲੜਨਾ ਚਾਹੁੰਦੇ, ਵਿਧਾਨ ਸਭਾ ਲੜਾਂਗੇ, ਅਸੀਂ ਸੇਵਾ ਸੇਵਾ ਕਰਨੀ, ਸਾਡੀ ਕੋਈ ਨੇਚਰ ਹੋਰ ਤਰ੍ਹਾਂ ਦੀ, ਅਸੀਂ ਮਤਲਬ ਜਦੋਂ ਉੱਤੇ ਵਾਲੇ ਨੇ ਭਰੋਸਾ ਉੱਤੇ ਜਦੋਂ। ਮੈਂ ਲੋਕ ਸਭਾ ਚੋਣ ਨਹੀਂ ਲੜਾਂਗਾ, ਇਹ ਕਹਿਣਾ ਹੈ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ ਦਾ, ਜੋ ਲੁਧਿਆਣਾ ਵਿਖੇ ਪਹੁੰਚੇ ਹੋਏ ਸਨ। ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਸੰਭਾਵਨਾ ਤੇ ਟਿੱਪਣੀ ਕਰਦਿਆਂ ਰਣੀਕੇ ਨੇ ਕਿਹਾ ਕਿ ਬਿਨਾਂ ਸ਼ੱਕ ਡਾਕਟਰ ਮਨਮੋਹਨ ਸਿੰਘ ਕਾਬਿਲ ਲੀਡਰ ਹਨ, ਪਰ ਉਹ ਲੋਕਾਂ 'ਚ ਵਿਚਰ ਨਹੀਂ ਸਕਦੇ। ਸਤਿਕਾਰਯੋਗ ਨੇ, ਸਾਡੇ ਬਹੁਤ ਸਿਆਣੇ ਨੇ, ਬਹੁਤ ਕਾਬਿਲ ਨੇ, ਪਰ ਲੋਕ ਮਤਲਬ ਲੋਕ ਅੱਜ ਕੱਲ ਲੋਕਾਂ ਦੇ ਵਿੱਚ ਵਿਚਰਦਾ ਕਿਹੜਾ ਇਹ ਚੀਜ਼ਾਂ ਵੇਂਦੇ? ਮੇਰਾ ਮਤਲਬ ਉਹ ਵਿਚਰ ਨਹੀਂ ਸਕਦੇ। ਮਨਮੋਹਨ ਸਿੰਘ ਜੀ ਤੋਂ ਉਹ ਠੀਕ ਆ ਕਿ ਕਾਗਜ ਪੱਤਰੀ ਕਾਬਲ ਨੇ, ਪੜ੍ਹੇ ਲਿਖੇ ਨੇ, ਹਰ ਚੀਜ਼ ਆ, ਜੇ ਤੁਸੀਂ ਉਹ ਵੀ ਗਲੀਆਂ ਮਹੱਲਿਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਮੁਸ਼ਕਿਲਾਂ, ਲੋਕਾਂ ਦੀਆਂ ਭਾਵਨਾ ਨੂੰ ਸਮਝ ਸਕਣ, ਉਹ ਨਹੀਂ ਉਹ ਕਰ ਸਕਦੇ। ਬੰਦੇ ਚ ਕਾਬਲੀਅਤ ਹੁੰਦੇ, ਕਈ ਬੰਦੇ ਹੁੰਦੇ ਲੀਡਰਾਂ ਦੇ, ਲੀਡਰ ਕਈ ਹੁੰਦੇ, ਲੀਡਰ ਕਈ ਲੀਡਰ ਹੁੰਦੇ, ਦੋ ਕੈਟਾਗਰੀ ਦੇ ਲੀਡਰ ਹੁੰਦੇ, ਲੀਡਰ ਪਬਲਿਕ ਦੇ ਲੀਡਰ। ਜੇ ਕਈ ਪਬਲਿਕ ਚ ਵਿਚਰ ਕੇ ਉਹ ਮਤਲਬ ਲੋਕਾਂ ਦੇ ਵਿੱਚ ਬਹਿ ਕੇ ਗੱਲ ਜਾਂ ਮਤਲਬ ਲੋਕਾਂ ਦੀਆਂ ਗਰੀਬਾਂ ਤੱਕ ਜਾ ਕੇ ਲੋਕਾਂ ਨੂੰ ਪੁੱਛਣ, ਲੋੜਾਂ ਉੱਤੇ ਸਕੀਮਾਂ ਬਣਾਉਣੀਆਂ, ਉਹ ਗੱਲ ਮੈਂ ਤਾਂ ਵਿਚਾਰੇ ਨੂੰ ਮਿਲਿਆ ਨੀ ਕਦੀ, ਪਾਰਟੀ ਵੇਖੇਗੀ, ਪਾਰਟੀ ਵੇਖੋ ਉਮੀਦਵਾਰ ਕੋਈ ਵੀ ਆਉਣਾ ਹੀ ਆ, ਕਾਂਗਰਸ ਨੂੰ ਇਹ ਆ ਜਾਣਗੇ, ਕੋਈ ਆਜੂਗਾ, ਉਹ ਕੋਈ ਮਸਲਾ ਨੀ ਗਾ, ਪਰ ਮੈਂ ਦੇ ਦੂੰਗਾ ਵੀ ਉਹ ਵਿਚਾਰਾ ਸਾਰੀ ਉਮਰ ਉਹਨਾਂ ਕਦੇ ਚੋਣ ਨੀ ਲੜੀ, ਲੋਕਾਂ ਚੋਂ ਨਹੀਂ ਜਾ ਸਕਦਾ ਬੰਦਾ ਕਾਬਲ। ਇਸ ਦੇ ਨਾਲ ਹੀ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕਰੇਗਾ। ਲੁਧਿਆਣਾ ਤੋਂ ਅਭਿਸ਼ੇਕ ਬਹਿਲ, ਜਗਬਾਣੀ ਟੀਵੀ। ਜਗਬਾਣੀ ਦੀਆਂ ਖਬਰਾਂ ਹੁਣ ਤੁਸੀਂ ਐਪਲ ਟੀਵੀ ਤੇ ਵੀ ਵੇਖ ਸਕਦੇ ਹੋ। ਐਪ ਸਟੋਰ ਤੇ ਜਾ ਕੇ ਹੁਣੇ ਡਾਊਨਲੋਡ ਕਰੋ ਜਗਬਾਣੀ ਟੀਵੀ ਤੇ ਜਾਣੋ ਦੇਸ਼ ਦੁਨੀਆ ਦਾ ਹਾਲ।